ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਆਓ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ 'ਤੇ। ਮੰਡੀਆਂ 'ਚ ਲੱਗਣ ਲੱਗੇ ਕਣਕ ਦੇ ਅੰਬਾਰ, ਢਿੱਲੀ ਖਰੀਦ ਕਾਰਨ ਕਿਸਾਨ ਪਰੇਸ਼ਾਨ। ਦਿੱਲੀ 'ਚ ਆਡ ਈਵਨ ਦਾ ਵਿਰੋਧ, ਭਾਜਪਾ ਦੇ ਸੰਸਦ ਮੈਂਬਰ ਵਿਜੇ ਗੋਇਲ ਦਾ ਚਲਾਨ। ਇੱਕੋ ਦਿਨ 'ਚ 3 ਕਿਸਾਨਾਂ ਨੇ ਕੀਤੀ ਖੁਦਕੁਸ਼ੀ। ਮਹਾਰਾਸ਼ਟਰ 'ਚ 5 ਕਿਲੋ ਪਿਆਜ਼ ਵਿਕ ਰਿਹਾ ਸਿਰਫ 1 ਰੁਪਏ 'ਚ, ਕਿਸਾਨਾਂ ਲਈ ਲਾਗਤ ਕਰਨੀ ਵੀ ਹੋਈ ਔਖੀ। ਅਤੇ ਨਵ ਵਿਆਹਤਾ ਦੀ ਝੁਲਸਣ ਕਾਰਨ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਤੇ ਬਾਕੀ ਦੀਆਂ ਖਬਰਾਂ। ਬੇਸ਼ੱਕ ਰਾਜ ਸਰਕਾਰ ਵੱਲੋਂ ਇਸ ਸਾਲ ਕਣਕ ਦੀ ਫਸਲ ਦੀ ਮੰਡੀਆਂ 'ਚ ਖਰੀਦ ਸੰਬੰਧੀ ਤਿਆਰੀਆਂ ਮੁਕੰਮਲ ਕਰਨ ਅਤੇ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਫਸਲ ਦੀ ਅਦਾਇਗੀ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਹੁਣ ਇਹ ਦਾਅਵੇ ਝੂਠੇ ਨਜ਼ਰ ਆਉਂਦੇ ਵਿਖਾਈ ਦੇ ਰਹੇ ਹਨ। ਕਿਉਂਕਿ ਪੰਜਾਬ ਵਿੱਚ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ 18 ਦਿਨ ਬਾਅਦ ਵੀ ਕਿਸਾਨਾਂ ਨੂੰ ਖਰੀਦੀ ਗਈ ਫਸਲਾਂ ਦਾ ਪੈਸਾ ਨਹੀਂ ਮਿਲਿਆ, ਜਿਸ ਨੂੰ ਲੈ ਕੇ ਕਿਸਾਨ ਕਾਫੀ ਦੁਖੀ ਹਨ। ਇੰਨਾ ਹੀ ਨਹੀਂ, ਸਰਕਾਰ ਫਸਲ ਦੀ ਲਿਫਟਿੰਗ ਨੂੰ ਲੈ ਕੇ ਵੀ ਗੰਭੀਰ ਨਹੀਂ ਵਿਖਾਈ ਦੇ ਰਹੀ ਹੈ। ਖਰੀਦਿਆ ਗਿਆ ਅਨਾਜ ਬੜੀ ਹੀ ਸੁਸਤ ਰਫ਼ਤਾਰ ਨਾਲ ਮੰਡੀਆਂ 'ਚ ਉਠਾਇਆ ਜਾ ਰਿਹਾ ਹੈ। ਦੂਜੇ ਪਾਸੇ ਮੰਡੀਆਂ 'ਚ ਕਣਕ ਦੇ ਲੱਗੇ ਅੰਬਾਰ, ਬਾਰਦਾਨੇ ਅਤੇ ਹੋਰ ਸੁਵਿਧਾਵਾਂ ਦੀ ਘਾਟ ਕਿਸਾਨਾਂ ਦੀ ਵੱਧਦੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਲਹਿਰਾ ਗਾਗਾ 'ਚ ਹਾਲਾਤ ਇੰਨੇ ਮਾੜੇ ਹਨ ਕਿ ਕਿਸਾਨਾਂ ਨੂੰ ਮੰਡੀਆਂ 'ਚ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਦੱਸਿਆ ਕਿ ਨਾ ਤਾਂ ਫਸਲ ਦੀ ਅਦਾਇਗੀ ਹੋ ਰਹੀ ਹੈ, ਕਣਕ ਪਾਉਣ ਲਈ ਬਾਰਦਾਨੇ ਦੀ ਵੀ ਕਮੀ ਹੈ ਅਤੇ ਸੁਵਿਧਾਵਾਂ ਨਾ ਦੇ ਬਰਾਬਰ ਹਨ। ਇਹ ਸਭ ਕੁਝ ਵੇਖਦਿਆਂ ਸਰਕਾਰ ਦੇ ਸਾਰੇ ਦਾਅਵੇ ਹਵਾਈ ਸਾਬਤ ਹੋ ਰਹੇ ਹਨ। ਕਿਸਾਨੀ ਮੁੱਦੇ 'ਤੇ ਵਿਰੋਧੀ ਧਿਰ ਦੀਆਂ ਪਾਰਟੀਆਂ, ਸੱਤਾਧਾਰੀ ਅਕਾਲੀ ਭਾਜਪਾ ਸਰਕਾਰ 'ਤੇ ਹਮਲਾ ਬੋਲਦੀਆਂ ਵਿਖਾਈ ਦੇ ਰਹੀਆਂ ਹਨ। ਸਾਨੂੰ ਸਮੱਸਿਆ ਆ ਰਹੀ ਹੈ ਜੀ, ਇੱਕ ਤਾਂ ਪਹਿਲਾਂ ਸਾਨੂੰ ਪਾਣੀ ਨਹੀਂ ਮਿਲਦਾ, ਪੀਣ ਨੂੰ ਪਾਣੀ ਕਿਨੂੰ ਵਿੱਚ ਮਰੀ ਜਾਂਦੇ ਹਾਂ, ਇੱਥੇ ਕੋਈ ਪ੍ਰੋਗਰਾਮ ਨਹੀਂ ਬਣੇਗਾ। ਦੂਜੇ ਸਿਰੇ ਫਸਲ ਹੈ ਇਹ ਵੀ ਇੱਧਰ ਉੱਧਰ ਬਸ ਦਾਣੇ ਧੱਪੇ, ਇੱਧਰ ਖਿੰਡ ਗਏ, ਇੱਧਰ ਖਿੰਡ ਗਏ, ਕੋਈ ਸੰਭਾਲ ਨਹੀਂ ਪੂਰੀ। ਮਤਲਬ ਕਹਿਣ ਦਾ ਸਾਨੂੰ ਕੋਈ ਪੈਸਾ 24 ਘੰਟੇ 'ਚ ਨਹੀਂ ਮਿਲਦਾ, ਸਾਡੇ ਤਾਂ ਮਾੜਾ ਜਿਹਾ ਅੜਤੀਆਂ ਨਾਲ ਲਿੰਕ ਹੈ, ਉਹਨਾਂ ਤੋਂ ਊਂ ਘੁੰਮਾ ਫੜ ਕੇ ਲੈ ਜੇ ਸਾਨੂੰ ਕਣਕ ਦਾ, ਕਹਿੰਦੇ ਸਾਡੇ ਕੋਲ ਕੋਈ ਪੈਸਾ ਨਹੀਂ ਹੈ। ਸਾਨੂੰ ਤਾਂ ਜਵਾਬ ਹੈ, ਬੋਲੀ ਟਾਈਮ ਦਾ ਕੋਈ ਪਤਾ ਨਹੀਂ ਲੱਗਦਾ, ਕਦੇ ਭਰਤੀ ਕਦੇ ਆਉਂਦੀ ਹੈ ਕਦੇ ਨਾ ਆਉਂਦੀ, ਇੱਥੇ ਕੋਈ ਪਤਾ ਨਹੀਂ ਲੱਗਦਾ ਬੋਲੀ ਬਾਲੀ ਦਾ ਹੁੰਦੀ ਹੈ ਜਾਂ ਨਾ ਹੁੰਦੀ ਹੈ, ਪਰੇਸ਼ਾਨੀ ਆ ਰਹੀ ਹੈ ਪੂਰੀ। ਕਿੱਥੋਂ ਲੈਣਗੇ ਜਦੋਂ ਹਾਲ ਤੱਕ ਪੇਮੈਂਟ ਨਹੀਂ ਕੋਈ ਹੋਈ, ਬੀਜ ਬੀਜਿਆ ਵੀ ਹੋਣੇਗਾ, ਇਸ ਕਰਕੇ ਉਹਨਾਂ ਨੇ ਪੇਮੈਂਟ ਪਿੱਛੇ ਕਿਹਾ ਵੀ ਅਸੀਂ ਚੰਡੀਗੜ੍ਹ ਜਾ ਕੇ ਜਿੰਨਾ ਵੀ ਸਮੱਸਿਆ ਮੇਨ ਬਾਰਦਾਨੇ ਦੀ ਆ ਰਹੀ ਹੈ। ਹਾਂ, ਇਹ ਗੌਰਮੈਂਟ ਦਾ ਹੁੰਦਾ ਵੀ ਪਹਿਲਾਂ ਐਡਵਾਂਸ ਬਾਰਦਾਨਾ ਭੇਜੀਏ, ਜਿਹੜਾ ਕਿ ਹਾਲੇ ਤੱਕ ਮੰਡੀਆਂ 'ਚ ਜਾ ਹੀ ਨਹੀਂ ਰਿਹਾ ਹੈਗਾ। ਬਾਰਦਾਨਾ ਲਿਫਟਿੰਗ ਸਲੋ ਹੋ ਰਹੀ ਹੈ, ਹਜੇ ਕੋਈ ਅਦਾਇਦਗੀ ਨਹੀਂ। 3 ਸਾਲ ਤਾਂ 4 ਸਾਲ ਤਾਂ ਜਿਹੜੇ ਹੋ ਗਏ ਸਾਨੂੰ ਫਸਲਾਂ ਦੇ ਦੇਖਦਿਆਂ ਨੂੰ, 4 ਫਸਲਾਂ 'ਚ ਹੋਇਆ ਨਹੀਂ, ਅਤੇ ਜਿਹੜਾ ਅੱਜ ਕਰ ਦੇਣਗੇ ਇਹ ਸਾਰਾ ਕੁਛ ਤਾਂ ਸਾਡੇ ਸਮੇਂ 'ਚ 3 ਮਹੀਨੇ ਪਹਿਲਾਂ ਇੰਤਜ਼ਾਮ ਕੀਤੇ ਵੀ ਹੁੰਦੇ। ਅੱਜ ਪਾਣੀ ਦੀ ਗੱਲ ਕਰਦੇ, ਇੱਥੇ ਪਾਣੀ ਨਹੀਂ, ਇੱਥੇ ਕੋਈ ਲਾਈਟ ਨਹੀਂ, ਇੱਥੇ ਕੋਈ ਇੰਤਜ਼ਾਮ ਨਹੀਂ। ਜੇ ਬੰਦੇ ਬੈਠੇ ਹੈ, ਗਰਮੀ ਦਾ ਮਹੀਨਾ ਹੈ, ਅੱਤ ਦੀ ਗਰਮੀ ਦਾ ਮਹੀਨਾ ਹੈ, ਇਹ ਕਿੱਥੇ ਸੁੱਤੇ ਪਏ ਸੀ? ਇਹ ਮੇਰੇ ਸਮੇਂ 'ਚ ਮੇਰੇ ਕੋਲ ਮਹਿਕਮਾ ਰਿਹਾ, ਮੈਨੂੰ ਪਤਾ ਕਿ 2 ਮਹੀਨੇ ਪਹਿਲਾਂ ਮੈਂ ਮੰਡੀਆਂ ਨਾਲ ਵੀ ਉੱਥੇ ਬਿਜਲੀ ਹੋਵੇ, ਆਪਣਾ ਵਾਸ਼ਰੂਮ ਹੋਮ, ਪੀਣ ਦਾ ਪਾਣੀ ਹੋਵੇ, ਅਸੀਂ ਪਹਿਲਾਂ 2 ਮਹੀਨੇ ਪਹਿਲਾਂ ਇੰਤਜ਼ਾਮ ਕਰਦੇ ਸੀ। ਔਰ ਇਵੇਂ ਜਿਵੇਂ ਸਾਡਾ ਬਾਰਦਾਨਾ ਹੋਵੇ, ਅੱਜ ਬਾਰਦਾਨਾ ਵੀ ਨਹੀਂ ਆਇਆ ਵਾ, ਉਹ ਬਾਰਦਾਨੇ ਬਾਰੇ ਵੀ ਅਸੀਂ 5-5, 4-4 ਮਹੀਨੇ ਪਹਿਲਾਂ ਲਾ ਕੇ 2 ਮਹੀਨੇ ਸਾਡੇ ਕੋਲ ਪਿਆ ਹੁੰਦਾ ਪਹਿਲਾਂ। ਅੱਜ ਉਹ ਬਾਰਦਾਨੇ ਦੀ ਵੀ ਕਮੀ ਹੈਗੀ ਹੈ, ਪੈਸਿਆਂ ਦੀ ਵੀ ਕਮੀ ਹੈਗੀ ਹੈ, ਪਾਣੀ ਦੀ ਵੀ ਕਮੀ ਹੈਗੀ ਹੈ। ਇਹਨਾਂ ਦੇ 24 ਘੰਟੇ ਕਦੋਂ ਆਉਣਗੇ? ਅਜੇ 24 ਘੰਟੇ ਆਏ ਨਹੀਂ। ਇਹ 24 ਘੰਟੇ ਤਾਂ ਅਸੀਂ ਕਹਿੰਦੇ ਵੀ 24 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ, 24 ਘੰਟਿਆਂ ਦਾ ਕੀ ਮੰਤਵ ਹੈ? ਇਹ ਲੋਕਾਂ ਦਾ ਲਹੂ ਪੀ ਰਹੇ ਨੇ, ਇਸੇ ਕਰਕੇ ਸਰਕਾਰ ਤੋਂ ਅੱਜ ਸਾਰਾ ਪੰਜਾਬ ਦੇ ਸਾਰੇ ਵਰਗ ਨਾ ਖੁਸ਼ ਨੇ। ਦੇਖੋ, ਮੈਂ ਖੁਦ ਜ਼ਿਮੀਂਦਾਰਾਂ ਦਾ ਮੁੰਡਾ, ਪਰ ਕਦੇ ਵੀ ਮੈਂ ਕਣਕ ਦਾ ਇਸ ਤਰ੍ਹਾਂ ਦਾ ਬੁਰਾ ਹਾਲ ਨਹੀਂ ਮੈਂ ਕਦੇ ਦੇਖਿਆ ਸੀ। ਤਾਂ ਡਾਲਾ ਖੁੱਲ੍ਹਣ ਸਾਰ ਤੁਲ ਜਾਂਦੀ ਸੀ, ਪਰ ਪਤਾ ਨਹੀਂ ਕਿਹੜੀਆਂ ਪੋਲਿਸੀਆਂ ਇਹ ਬਣਾਉਂਦੇ ਨੇ, ਕਿਵੇਂ ਇਹ ਕੀ ਇਹਨਾਂ ਨੇ ਟੈਂਡਰ ਦਿੱਤੇ ਨੇ ਕਿ ਨਾ ਤਾਂ ਉਹ ਜਿਹੜੇ ਫੂਸ ਵਾਲੇ ਨੇ ਉਹ ਨਹੀਂ ਖੁਸ਼ ਹੈਗੇ, ਜਿਹੜੇ ਝਾਰ ਵਿਚਾਰੇ ਖਰੀਦਦੇ ਆ ਗਰੀਬ ਲੋਕ, ਉਹਨਾਂ 'ਤੇ ਟੈਂਡਰ ਲਾ ਤੇ, ਠੀਕ ਹੈ, ਨਾ ਆੜ੍ਹਤੀਆਂ ਨੂੰ ਪੇਮੈਂਟ ਆਉਂਦੀ ਹੈ ਟਾਈਮ 'ਤੇ, ਠੀਕ ਹੈ, ਅਤੇ ਆੜ੍ਹਤੀਆਂ 'ਤੇ ਜ਼ਿਮੀਂਦਾਰਾਂ ਦੇ ਸੰਬੰਧ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਤਣਾਅਪੂਰਨ ਬਣਾ ਦਿੰਦੇ ਨੇ ਇਹ, ਕਿਉਂਕਿ ਉਹਨਾਂ ਨੂੰ ਪੇਮੈਂਟ ਤਾਂ ਤੋਂ ਨਹੀਂ ਆਉਂਦੀ, ਉਹ ਜ਼ਿਮੀਂਦਾਰ ਉਹਨਾਂ ਤੋਂ ਮੰਗੀ ਜਾਂਦੇ ਆ, ਉਹਦੇ ਨਾਲ ਹਾਲਾਤ ਜਿਹੜੇ ਵਿਗੜਦੇ ਆ, ਅਤੇ ਨਾ ਹੀ ਇਹਨਾਂ ਦਾ ਕੋਈ ਟਰਾਂਸਪੋਰਟਰਾਂ ਨਾਲ ਕੋਈ ਟਾਈਮ 'ਤੇ ਇਹਨਾਂ ਦਾ ਸਮਝੌਤਾ ਹੁੰਦਾ, ਨਾ ਹੀ ਬਾਰਦਾਨਾ ਪੂਰਾ ਹੁੰਦਾ। ਹਰ ਸਾਲ ਇੱਦਾਂ ਕਿਉਂ ਹੁੰਦਾ? ਇੱਕ ਵਾਰੀ ਚਲੋ ਹੋ ਗਿਆ, ਇਹ ਪਹਿਲਾਂ ਕਿਉਂ ਨਹੀਂ ਇਹ ਪ੍ਰਬੰਧ ਕਰਦੇ? ਬੂਹੇ ਆਈ ਜੰਨ ਬਿਨੋ ਕੁੜੀ ਦੇ ਕੰਨ, ਉਹ ਗੱਲ ਹੈ। ਸੋ ਇਸ ਕਰਕੇ ਇਹ ਮੇਰੇ ਖਿਆਲ 'ਚ ਸਾਰਾ ਟੋਟਲ ਫੇਲੀਅਰ ਹੈ, ਔਰ ਸਰਕਾਰਾਂ ਦਾ ਧਿਆਨ ਹੀ ਹੈ ਨਹੀਂ, ਆਮ ਲੋਕ ਜਿਹੜੇ ਕਿਸਮਤ 'ਤੇ ਛੱਡੇ ਹੋਏ ਬਸ। ਦਿੱਲੀ ਵਿੱਚ ਆਡ ਈਵਨ ਲਾਗੂ ਹੋਣ ਤੋਂ ਬਾਅਦ ਕੇਜਰੀਵਾਲ ਸਰਕਾਰ ਦਾ ਅਸਲੀ ਇਮਤਿਹਾਨ ਅੱਜ ਦੇਖਣ ਨੂੰ ਮਿਲਿਆ। 2 ਛੁੱਟੀਆਂ ਤੋਂ ਬਾਅਦ ਇਸ ਸਕੀਮ ਦੇ ਲਾਗੂ ਹੋਣ ਨਾਲ ਸੋਮਵਾਰ ਕੰਮਕਾਜ ਦਾ ਪਹਿਲਾ ਦਿਨ ਸੀ।
ਪਰ ਬਾਵਜੂਦ ਇਸ ਦੇ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ। ਜ਼ਿਆਦਾਤਰ ਲੋਕਾਂ ਨੇ ਆਪਣੀ ਗੱਡੀ ਦੀ ਥਾਂ ਮੈਟਰੋ ਅਤੇ ਹੋਰ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕੀਤਾ। ਦੂਜੇ ਪਾਸੇ ਭਾਜਪਾ ਦੇ ਸੰਸਦ ਮੈਂਬਰ ਵਿਜੇ ਗੋਇਲ ਨੇ ਔਡ ਈਵਨ ਖਿਲਾਫ਼ ਚਲਾਨ ਕਟਵਾ ਕੇ ਇਸ ਦਾ ਵਿਰੋਧ ਕੀਤਾ। ਇਸ ਤੋਂ ਪਹਿਲਾਂ ਦਿੱਲੀ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਵੱਲੋਂ ਭਾਜਪਾ ਸੰਸਦ ਮੈਂਬਰ ਵਿਜੇ ਗੋਇਲ ਦੇ ਘਰ ਜਾ ਕੇ ਉਹਨਾਂ ਨੂੰ ਗੁਲਾਬ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਆਪਣੀ ਜ਼ਿੱਦ ਉੱਤੇ ਅੜੇ ਰਹੇ। ਉਹਨਾਂ ਨਿਯਮ ਦੀ ਉਲੰਘਣਾ ਕਰਕੇ 3500 ਰੁਪਏ ਦਾ ਚਲਾਨ ਕਰਵਾਇਆ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਵਿਜੇ ਗੋਇਲ ਦਾ ਚਲਾਨ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ ਦੇ ਕਾਰਨ ਕੱਟਿਆ ਹੈ। ਦੂਜੇ ਪਾਸੇ ਭਾਰਤੀ ਉਦਯੋਗ ਸੰਘ CII ਨੇ ਦਿੱਲੀ ਸਰਕਾਰ ਨੂੰ ਔਡ ਈਵਨ ਫਾਰਮੂਲੇ ਉੱਤੇ ਕੁਝ ਸੁਝਾਅ ਦਿੱਤੇ ਹਨ। ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨ 3 ਕਿਸਾਨਾਂ ਵੱਲੋਂ ਆਤਮਹੱਤਿਆ ਕੀਤੀ ਗਈ। ਪਹਿਲੀ ਘਟਨਾ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੁੱਠਿਆਂਵਾਲੀ ਦੀ ਹੈ, ਜਿੱਥੇ ਕਰਜ਼ੇ 'ਚ ਡੁੱਬੇ ਕਿਸਾਨ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰਾਂ ਅਨੁਸਾਰ ਗੁਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਬੀਤੀ ਰਾਤ ਘਰ ਵਾਲਿਆਂ ਨੂੰ ਖੇਤ ਵਿੱਚ ਕੰਬਾਈਨ ਲਗਾਉਣ ਦਾ ਕਹਿ ਕੇ ਗਿਆ ਸੀ, ਜਿਸ ਦੀ ਅੱਜ ਖੇਤ ਦੇ ਨਾਲ ਲੱਗਦੇ ਸੇਮ ਨਾਲੇ 'ਚੋਂ ਲਾਸ਼ ਬਰਾਮਦ ਹੋਈ। ਇਸ ਸੰਬੰਧੀ ਪਿੰਡ ਦੇ ਸਰਪੰਚ ਕਾਲੂ ਰਾਮ ਨੇ ਦੱਸਿਆ ਕਿ ਗੁਰਦੀਪ ਸਿੰਘ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦਾ ਸੀ ਅਤੇ ਉਸ ਦੀ ਖੁਦ ਦੀ 2 ਕਿੱਲੇ ਜ਼ਮੀਨ ਸੀ, ਜਿਸ ਲਈ ਉਸਨੇ ਬੈਂਕਾਂ ਅਤੇ ਹੋਰਨਾਂ ਲੋਕਾਂ ਤੋਂ ਲੱਖਾਂ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸਨੇ ਖੁਦਕੁਸ਼ੀ ਕਰ ਲਈ। ਕੌਮ ਜਾਟ ਪਾਗੜੀ ਵਾਸੀ ਖਿਓਲ ਢਾਬ, ਜੋ ਮਿਤੀ 15/4/16 ਨੂੰ ਨਗ ਨਾਇਕ ਨਾਲ ਛਾਲ ਮਾਰਤੀ ਸੀ। ਛਾਲ ਮਾਰਨ ਤੋਂ ਬਾਅਦ ਅੱਜ ਲਾਸ਼ ਰੂਪਨਗਰ ਮਿਲ ਗਈ ਹੈ। ਦਿਮਾਗੀ ਪਛਾਣ ਹੋਣ ਕਰਕੇ ਛਾਲ ਮਾਰੀ ਦੀ ਸੀ ਕਾਰਵਾਈ ਕਰ ਰਹੀ। ਇਸ ਤਹਿਤ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਹੈ। ਜੋ ਰਿਪੋਰਟ ਆਏਗੀ ਜੈਸੀ ਸੂਰਤ ਉਸੀ ਕਾਰਵਾਈ ਕੀਤੀ ਜਾਵੇਗੀ। ਦੂਸਰੀ ਘਟਨਾ ਜ਼ਿਲ੍ਹਾ ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਦੀ ਹੈ, ਜਿੱਥੇ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ ਕੀਤੀ ਗਈ। ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਪੁੱਤਰ ਮੱਗਰ ਸਿੰਘ, ਜੋ 2 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਕਈ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਾਸ਼ਤ ਕਰਦਾ ਸੀ, ਚਿੱਟੇ ਮੱਛਰ ਕਾਰਨ ਉਸ ਦੀ ਨਰਮੇ ਦੀ ਫਸਲ ਖਰਾਬ ਹੋਣ ਕਰਕੇ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ। ਪਰੇਸ਼ਾਨੀ ਦੇ ਚੱਲਦਿਆਂ ਦਰਸ਼ਨ ਸਿੰਘ ਨੇ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਸਿਰ 5 ਲੱਖ ਦੇ ਕਰੀਬ ਕਰਜ਼ਾ ਦੱਸਿਆ ਜਾ ਰਿਹਾ ਹੈ। ਤੀਜੀ ਘਟਨਾ ਲੰਬੀ ਹਲਕੇ ਦੇ ਸਰਹੱਦੀ ਪਿੰਡ ਕਿਲਿਆਂਵਾਲੇ ਦੀ ਹੈ, ਜਿੱਥੇ ਕਣਕ ਦੇ ਘੱਟ ਝਾੜ ਅਤੇ ਨਰਮੇ ਦੀ ਅਣਹੋਣ ਦੇ 52 ਸਾਲਾਂ ਕਿਸਾਨ ਬਲਵਿੰਦਰ ਸਿੰਘ ਨੇ ਕੱਲ੍ਹ ਸ਼ਾਮ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਬਲਵਿੰਦਰ ਸਿੰਘ ਦੇ ਸਿਰ ਕਾਫੀ ਕਰਜ਼ਾ ਸੀ। ਸਖ਼ਤ ਮਿਹਨਤ ਦੇ ਬਾਵਜੂਦ ਲਗਭਗ 3.5 ਏਕੜ ਦੀ ਖੇਤੀ ਵਿੱਚੋਂ ਮੁਨਾਫਾ ਨਾ ਹੋਣ ਅਤੇ ਕਰਜ਼ੇ ਦੇ ਵੱਧਦੇ ਬੋਝ ਕਾਰਨ ਬਲਵਿੰਦਰ ਸਿੰਘ ਲਗਾਤਾਰ ਮਾਨਸਿਕ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ 24 ਸਾਲਾ ਲੜਕਾ ਗੁਰਨਾਮ ਸਿੰਘ ਅਤੇ ਪਤਨੀ ਨੂੰ ਛੱਡ ਗਿਆ ਹੈ। ਪਿਛਲੇ ਸਾਲ 70 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕਣ ਵਾਲੇ ਪਿਆਜ਼ ਦੇ ਰੇਟ ਮੱਧ ਪ੍ਰਦੇਸ਼ ਦੀ ਮੰਡੀ ਵਿੱਚ 20 ਪੈਸੇ ਪ੍ਰਤੀ ਕਿਲੋ ਤੱਕ ਡਿੱਗ ਗਿਆ ਹੈ। ਸੂਬੇ ਦੀ ਨੀਚੇ ਮੰਡੀ ਵਿੱਚ 1 ਰੁਪਏ ਦੇ 5 ਕਿਲੋ ਦੇ ਭਾਅ ਨਾਲ ਵਿਕਣ ਵਾਲਾ ਪਿਆਜ਼ ਕਿਸਾਨਾਂ ਨੂੰ ਖੂਨ ਦੇ ਹੰਝੂ ਰੁਹਾ ਰਿਹਾ ਹੈ। ਨੀਚਮ ਦੇ ਕੋਲ ਡੀਕਮ ਪਿੰਡ ਦੇ ਦਇਆ ਰਾਮ ਪੱਟੀਦਾਰ ਨੇ 2 ਏਕੜ ਵਿੱਚ ਪਿਆਜ਼ ਦੀ ਖੇਤੀ ਕੀਤੀ ਸੀ। ਸੋਚਿਆ ਸੀ ਕਿ ਚੰਗੇ ਭਾਅ ਮਿਲਣਗੇ ਤਾਂ ਖੇਤ ਵਿੱਚ ਮੋਟਰ ਲਵਾਉਣਗੇ, ਪਰ ਜਦੋਂ ਇਹ ਨੀਚਮ ਮੰਡੀ ਵਿੱਚ ਆਪਣੀ ਫਸਲ ਲੈ ਕੇ ਆਏ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਹਫ਼ਤੇ ਨੀਚਮ ਵਿੱਚ ਪਿਆਜ਼ 20 ਤੋਂ 30 ਪੈਸੇ ਕਿਲੋ ਵਿਕ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 20 ਪੈਸੇ ਕਿਲੋ ਦੇ ਭਾਅ ਨਾਲ ਨਾ ਤਾਂ ਖਰਚਾ ਨਿਕਲਦਾ ਹੈ ਅਤੇ ਨਾ ਹੀ ਪਿੰਡ ਤੋਂ ਮੰਡੀ ਤੱਕ ਆਉਣ ਦਾ ਕਿਰਾਇਆ। ਇਸ ਲਈ ਮੰਡੀ ਵਿੱਚ ਪਿਆਜ਼ ਸੁੱਟ ਕੇ ਆ ਰਹੇ ਹਾਂ। ਹੁਣ ਸਵਾਲ ਇਹ ਹੈ ਕਿ ਜਦੋਂ ਪਿਆਜ਼ ਦੇ ਭਾਅ ਅਸਮਾਨ ਚੜ੍ਹਦੇ ਹਨ ਤਾਂ ਰਾਜਨੇਤਾ ਜ਼ੁਬਾਨੀ ਜੰਗ ਸ਼ੁਰੂ ਕਰ ਲੈਂਦੇ ਹਨ, ਪਰ ਜਦੋਂ ਕਿਸਾਨਾਂ ਨੂੰ ਲਾਗਤ ਕੱਢਣੀ ਔਖੀ ਹੋ ਰਹੀ ਹੈ ਤਾਂ ਕੋਈ ਵੀ ਉਹਨਾਂ ਦੀ ਸਾਰ ਲੈਣ ਵਾਲਾ ਨਹੀਂ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਜੀਠਾ ਅਧੀਨ ਪੈਂਦੇ ਪਿੰਡ ਨਾਕਲਾਂ ਵਿੱਚ ਅੱਜ ਨਵਵਿਆਹੀ ਲੜਕੀ ਦੀ ਝੁਲਸਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਨਾਕਲਾਂ ਪਿੰਡ ਵਿੱਚ ਰਹਿਣ ਵਾਲੀ ਹਰਪ੍ਰੀਤ ਕੌਰ ਦਾ ਰਾਵੀ ਨਾਮ ਦੇ ਨੌਜਵਾਨ ਨਾਲ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਰਾਵੀ ਨਾਕਲਾਂ ਵਿੱਚ ਇੱਕ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ। ਦੋਵਾਂ ਵਿੱਚ ਪਹਿਲਾਂ ਵੀ ਕਈ ਵਾਰ ਝਗੜਾ ਹੁੰਦਾ ਰਹਿੰਦਾ ਸੀ। ਇਸ ਬਾਰੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਜਾਣਕਾਰੀ ਸੀ। ਅੱਜ ਸਵੇਰੇ ਵੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਝਗੜਾ ਹੋਇਆ। ਇਸ ਤੋਂ ਬਾਅਦ ਰਾਵੀ ਕੰਮ 'ਤੇ ਚਲਾ ਗਿਆ ਅਤੇ ਕੁਝ ਦੇਰ ਬਾਅਦ ਪਤਾ ਲੱਗਿਆ ਕਿ ਹਰਪ੍ਰੀਤ ਨੇ ਘਰ ਵਿੱਚ ਪਏ ਡੀਜ਼ਲ ਨੂੰ ਆਪਣੇ ਸਰੀਰ 'ਤੇ ਪਾ ਕੇ ਅੱਗ ਲਾ ਲਈ। ਅੱਗ ਲੱਗਣ ਤੋਂ ਬਾਅਦ ਹਰਪ੍ਰੀਤ ਦਾ ਪੂਰਾ ਸਰੀਰ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਿਆ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੜਕੀ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਬੇਟੀ ਨੂੰ ਜਿਉਂਦੇ ਸਾੜਿਆ ਗਿਆ ਹੈ ਅਤੇ ਜਾਣਬੁੱਝ ਕੇ ਝੂਠੀ ਕਹਾਣੀ ਬਣਾਈ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬਟਾਲਾ ਮੰਡੀ 'ਚ ਉਂਝ ਤਾਂ ਕੁਝ ਦਿਨ ਪਹਿਲਾਂ ਤੋਂ ਹੀ ਕਣਕ ਦੀ ਆਮਦ ਸ਼ੁਰੂ ਹੋ ਗਈ ਸੀ, ਪਰ ਅੱਜ DC ਗੁਰਦਾਸਪੁਰ ਪ੍ਰਦੀਪ ਸੱਭਰਵਾਲ ਅਤੇ ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਦੇ ਚੇਅਰਮੈਨ ਰਵੀਕਰਨ ਸਿੰਘ ਕਾਹਲੋਂ ਵੱਲੋਂ ਕਣਕ ਦੀ ਸਰਕਾਰੀ ਖਰੀਦ ਸੁਚਾਰੂ ਢੰਗ ਨਾਲ ਸ਼ੁਰੂ ਕਰਵਾਈ ਗਈ। ਇਸ ਮੌਕੇ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀ 'ਚ ਖਾਣਾ ਖਾਣ ਲਈ ਇੱਧਰ ਉੱਧਰ ਭਟਕਣਾ ਪੈਂਦਾ ਹੈ, ਜਿਸ ਨੂੰ ਵੇਖਦਿਆਂ ਮੰਡੀ 'ਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ। DC ਪ੍ਰਦੀਪ ਸੱਭਰਵਾਲ ਨੇ ਕਿਹਾ ਕਿ ਇਸ ਵਾਰ ਕਣਕ ਦੀ ਫਸਲ ਬਹੁਤ ਵਧੀਆ ਹੋਈ ਹੈ ਅਤੇ ਗੁਰਦਾਸਪੁਰ ਜ਼ਿਲ੍ਹੇ 'ਚ 4,60,000 ਮੀਟ੍ਰਿਕ ਟਨ ਕਣਕ ਖਰੀਦ ਦਾ ਟੀਚਾ ਮਿੱਥਿਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਟੋਟਲ ਅਸੀਂ 93 ਮੰਡੀਆਂ ਹੈ, ਜਿਨ੍ਹਾਂ ਦੇ ਵਿੱਚ ਸਾਡੇ ਪਿਛਲੇ ਸਾਲ ਦੀ 3,77,000 MT ਜਿਹੜੀ ਕਣਕ ਸੀ ਉਹ ਪਰਚੇਸ ਕੀਤੀ ਸੀ ਅਤੇ ਇਸ ਵਾਰੀ ਫਸਲ ਬਹੁਤ ਅੱਛੀ ਹੋਈ ਹੈ ਅਤੇ 4,60,000 ਜਿਹੜੀ MT ਹੈ ਉਹ ਸਾਨੂੰ ਖਰੀਦ ਕਰਨ ਦਾ ਸਾਡਾ ਅਸੀਂ ਟੀਚਾ ਮਿੱਥਿਆ ਹੈ। ਇੱਥੇ ਇਹ ਮੈਂ ਦੱਸਣਾ ਚਾਹਾਂਗਾ ਕਿ ਕੱਲ੍ਹ ਤੱਕ ਜਿਹੜੀ ਸਾਡੇ ਕੋਲ ਤਕਰੀਬਨ 9,200 ਜਿਹੜੀ MT ਹੈ ਉਹ ਆਈ ਸੀ, ਉਹਨਾਂ ਦੇ ਵਿੱਚੋਂ ਅਸੀਂ ਜਿਹੜਾ ਹੈ ਕੋਈ 8,400 MT ਜਿਹੜੀ ਉਹ ਪਰਚੇਜ ਕਰ ਚੁੱਕੇ ਹਾਂ ਅਤੇ ਅੱਜ ਜਿਹੜੀ ਕਣਕ ਆ ਰਹੀ ਹੈ, ਅੱਜ ਤੁਸੀਂ ਇਹ ਦੇਖ ਰਹੇ ਹੋ, ਅੱਜ ਸਵੇਰੇ ਕਣਕ ਆਈ ਹੈ, 12 ਵਜੇ ਤੱਕ ਜਿੰਨੀਆਂ ਢੇਰੀਆਂ ਸਾਫ਼ ਹੋਈਆਂ ਤਕਰੀਬਨ ਇਹ ਸਾਰੀਆਂ ਦੀਆਂ ਸਾਰੀਆਂ ਨਾਲ ਪਰਚੇਜ ਹੋ ਗਈਆਂ, ਠੀਕ ਹੈ, ਅਤੇ ਸਾਫ਼ ਪੱਖਾ ਵੀ ਲੱਗ ਗਿਆ ਹੈ। ਹੁਣ ਅਸੀਂ ਮੀਟਿੰਗ ਕਰਕੇ ਹਟੇ ਹਾਂ, ਆੜ੍ਹਤੀਆਂ ਨੇ ਵੀ ਮੀਟਿੰਗ ਕੀਤੀ ਆ, ਉਹਨਾਂ ਨੂੰ ਵੀ ਅਤੇ ਮਹਿਕਮੇ ਵਾਲੀਆਂ ਸਾਰੀਆਂ ਏਜੰਸੀਆਂ ਨੂੰ, ਉਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਜਿਹੜੇ ਇੱਕ ਤਾਂ ਜਿਹੜਾ ਟਰਾਂਸਪੋਰਟੇਸ਼ਨ ਹੈ ਲਿਫਟਿੰਗ ਆਫ ਉਹ ਇਮੀਡੀਏਟਲੀ ਤੁਰੰਤ ਉਹ ਇਹਦੀ ਲਿਫਟਿੰਗ ਕੀਤੀ ਜਾਊਗੀ। ਜਿਹੜੇ ਫਾਰਮਰਸ ਹੈ ਉਹਨਾਂ ਨੂੰ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਹੋਊਗੀ, ਡਰਿੰਕਿੰਗ ਵਾਟਰ ਦਾ ਪ੍ਰੋਪਰ ਪ੍ਰਬੰਧ ਹੋਊਗਾ ਅਤੇ ਜਿੱਥੇ ਤੱਕ ਸਾਡਾ ਇਹ ਸੰਬੰਧ ਹੈ ਇਹਨਾਂ ਨੂੰ ਪੇਮੈਂਟ ਵੀ ਜਿਹੜੀ ਅਸੀਂ ਇਮੀਡੀਏਟਲੀ ਅੱਜ ਉਹ ਰਿਲੀਜ਼ ਕਰਾਉਣ ਦਾ ਕੰਮ ਜਿਹੜਾ ਅੱਜ ਸ਼ਰੀ ਕਰ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦਾ ਕਾਂਗਰਸ ਵਿੱਚ ਰਲੇਵਾਂ ਹੋ ਗਿਆ ਹੈ। ਨਵੀਂ ਦਿੱਲੀ ਵਿਖੇ ਪਾਰਟੀ ਦਫ਼ਤਰ ਵਿੱਚ ਦਲ ਦੀ ਪ੍ਰਧਾਨ ਸੁਰਜੀਤ ਕੌਰ ਬਰਨਾਲਾ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਹੋਰਨਾਂ ਆਗੂਆਂ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਜਨਰਲ ਸਕੱਤਰ ਗਗਨਜੀਤ ਸਿੰਘ ਬਰਨਾਲਾ, ਉਹਨਾਂ ਦੇ ਪੁੱਤਰ ਸਿਮਰ ਪ੍ਰਤਾਪ ਸਿੰਘ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਕਰੀਬ 100 ਹਮਾਇਤੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਆਖਿਆ ਕਿ ਅਸੀਂ ਸੋਚ ਵਿਚਾਰ ਕੇ ਹੀ ਪਾਰਟੀ ਦਾ ਕਾਂਗਰਸ 'ਚ ਰਲੇਵਾਂ ਕੀਤਾ ਹੈ ਤਾਂ ਜੋ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ 'ਚ ਸੁਰੱਖਿਅਤ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਨਪ੍ਰੀਤ ਬਾਦਲ ਦੀ PPP ਦਾ ਕਾਂਗਰਸ 'ਚ ਰਲੇਵਾਂ ਹੋਇਆ ਸੀ ਅਤੇ ਹੁਣ ਲੌਂਗੋਵਾਲ ਦਲ ਦੇ ਸ਼ਾਮਲ ਹੋਣ ਤੋਂ ਬਾਅਦ ਖੱਬੇ ਪੱਖੀ ਪਾਰਟੀਆਂ ਨਾਲ ਵੀ ਸਮਝੌਤਾ ਹੋਣ ਦੀ ਸੰਭਾਵਨਾ ਬਣ ਗਈ ਹੈ। ਫਰੀਦਕੋਟ ਡੋਗਰ ਬਸਤੀ 'ਚ ਇੱਕ ਬੰਦ ਪਏ ਘਰ ਤੋਂ ਸ਼ੱਕੀ ਹਾਲਤਾਂ 'ਚ ਡਾਕ ਘਰ ਦੇ ਕਰਮਚਾਰੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਸੰਬੰਧੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜ ਕੇ ਪੁਲਿਸ ਟੀਮ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਦਰ ਮੋਹਨ ਸਪੁੱਤਰ ਵਰਿੰਦਰ ਕੁਮਾਰ ਮੁੱਖ ਡਾਕ ਘਰ 'ਚ ਬਤੌਰ ਖਜ਼ਾਨਚੀ ਕੰਮ ਕਰਦਾ ਸੀ। ਚੰਦਰ ਮੋਹਨ ਜਦ ਘਰ ਨਾ ਪਰਤੇ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਇਸ ਦੀ ਜਾਣਕਾਰੀ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਦਿਆਂ ਉਸ ਦੀ ਲਾਸ਼ ਗਲੀ ਦੇ ਬੰਦ ਪਏ ਘਰ 'ਚੋਂ ਮਿਲੀ। ਉਹਨਾਂ ਦੱਸਿਆ ਕਿ ਲਾਸ਼ ਦੇ ਨਾਲ ਉਹਨਾਂ ਨੂੰ ਕੁਝ ਇਤਰਾਜ਼ਯੋਗ ਚੀਜ਼ਾਂ ਵੀ ਮਿਲੀਆਂ ਹਨ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਚੰਦਰ ਮੋਹਨ ਨਾਂ ਦਾ ਵਿਅਕਤੀ ਹੈ, ਸਨ ਆਫ ਵਰਿੰਦਰ ਕੁਮਾਰ, ਵਾਸੀ ਕੈਂਟ ਰੋਡ। ਇਹ ਪੋਸਟ ਆਫਿਸ ਦੇ ਵਿੱਚ ਨੌਕਰੀ ਕਰਦਾ ਹੈ, ਕੈਸ਼ੀਅਰ ਆ ਉੱਥੇ। ਇਹਦੀ ਕਿਤੇ ਕੱਲ੍ਹ ਛਾਵੇਂ ਜਦੋਂ ਛੁੱਟੀ ਹੋਈ ਇਹ ਘਰ ਨਹੀਂ ਗਿਆ। ਇਹਦੇ ਘਰਦਿਆਂ ਨੇ ਇਹਦੀ ਭਾਲ ਕੀਤੀ, ਇਹਦੇ ਜਿਹੜੇ ਸਾਥੀ ਕਰਮਚਾਰੀ ਆ ਉਹਨਾਂ ਨੇ ਵੀ ਭਾਲ ਕੀਤੀ ਤਾਂ ਪਾਇਆ ਗਿਆ ਕਿ ਇਹ 9 ਨੰਬਰ ਗਲੀ ਡੋਗਰ ਬਸਤੀ, ਇਹਦੀ ਜਿਹੜੀ ਇੱਕ ਖਾਲੀ ਕਮਰੇ ਬੇਆਬਾਦ ਕਮਰੇ ਦੇ ਵਿੱਚ ਇਹਦੀ ਜਿਹੜੀ ਲਾਸ਼ ਪਈ ਸੀ ਬੈੱਡ 'ਤੇ। ਐਵੇਂ ਲੱਗਦਾ ਕਿ ਜਿਵੇਂ ਇਸ ਬੰਦੇ ਨੇ ਕੁਛ ਜਾਂ ਤਾਂ ਕਿਸੇ ਕਿਸਮ ਦੀ ਓਵਰਡੋਜ਼ ਲੈ ਲਈ ਆ ਜਾਂ ਕੁਛ ਇੱਦਾਂ ਦਾ ਕੁਛ ਖਾਧਾ ਗਿਆ ਇਹਦੇ ਤੋਂ। ਇਹਦੇ ਤੋਂ ਕਾਫੀ ਚੀਜ਼ਾਂ ਮਿਲੀਆਂ ਇਤਰਾਜ਼ਯੋਗ ਵੀ, ਪਰ ਫਿਰ ਵੀ ਅਸੀਂ ਡੂੰਘਿਆਈ ਨਾਲ ਇਹਦੀ ਅਸੀਂ ਪੜਤਾਲ ਕਰ ਰਹੇ ਹਾਂ। ਅੱਜ ਅਸੀਂ ਇਹਦਾ ਪੋਸਟਮਾਰਟਮ ਕਰਵਾਵਾਂਗੇ। ਪੋਸਟਮਾਰਟਮ ਕਰਵਾ ਕੇ ਇਹਦਾ ਵਿਸਰਾ ਜਿਹੜਾ ਅਸੀਂ ਕੈਮੀਕਲ ਐਗਜ਼ਾਮੀਨੇਸ਼ਨ ਵਾਸਤੇ ਭੇਜਾਂਗੇ। ਜੋ ਨਤੀਜਾ ਸਾਹਮਣੇ ਆਊਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ੇ ਖਿਲਾਫ਼ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਅੰਮ੍ਰਿਤਸਰ ਪੁਲਿਸ ਵੱਲੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ 270 ਗ੍ਰਾਮ ਹੈਰੋਇਨ ਅਤੇ 1200 ਬੋਤਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਅੰਮ੍ਰਿਤਸਰ ਦੇ ADCP ਕ੍ਰਾਈਮ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਮਿਲਣ ਦੇ ਆਧਾਰ 'ਤੇ ਘਰ ਦੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਧੰਦੇ ਦੇ ਇੱਕੋ ਪਰਿਵਾਰ ਦੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਅਪੀਲ ਕੀਤੀ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਅਸੀਂ ਪੰਜਾਬ ਨੂੰ
ਜਲਦ ਨਸ਼ਾ ਮੁਕਤ ਕਰ ਸਕੀਏ। ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਇੰਚਾਰਜ ਨਾਰਕੋਟਿਕ ਕੋਲ ਕਿ ਗੁਰਦਿਆਲ ਸਿੰਘ ਬਿੱਟੂ ਚੂਪਣੀ ਹੈਗਾ, ਫੈਮਿਲੀ ਸਮੇਤ ਹੀ ਸਾਰਾ ਪਰਿਵਾਰ ਹੀ ਸ਼ਰਾਬ ਅਤੇ ਨਸ਼ਿਆਂ ਦਾ ਕੰਮ ਕਰ ਰਹੇ। ਉਸ ਇਨਫੋਰਮੇਸ਼ਨ ਦੇ ਆਧਾਰ 'ਤੇ ਇਹਨਾਂ ਵੱਲੋਂ ਇੱਕ ਟਰੈਪ ਲਾ ਕੇ ਪ੍ਰੋਪਰ ਤਰੀਕੇ ਨਾਲ ਉੱਥੇ ਉਹਨਾਂ ਦੇ ਘਰ ਜਾ ਕੇ ਰੇਡ ਕੀਤੀ ਗਈ, ਜਿਸ ਦਾ ਰੇਡ ਦੇ ਦੌਰਾਨ ਸਾਨੂੰ ਲਗਭਗ 1200 ਬੋਤਲ ਸ਼ਰਾਬ ਅਤੇ 270 ਗ੍ਰਾਮ ਹੈਰੋਇਨ ਰਿਕਵਰ ਹੋਈ। ਘਰ ਕਿਲ੍ਹਾ ਨੂੰ ਵੀ ਬਣਿਆ, 3 ਗੇਟ ਨੇ ਘਰ ਦੇ ਅਤੇ 2 ਗੇਟ ਤਾਂ ਬਾਹਰੋਂ ਤਾਲਾ ਲੱਗਾ ਹੋਇਆ, 3 ਗੇਟ ਵੀ ਵਿਦਾਊਟ ਵੈਰੀਫਾਈ ਕੀਤਿਆਂ ਖੋਲ੍ਹਦੇ ਨਹੀਂ ਹੈਗੇ, ਇਹ ਪਰਮਾਨੈਂਟ ਬੰਦ ਕਰਕੇ ਰੱਖਦੇ ਨੇ ਅਤੇ ਜਦੋਂ ਤੱਕ ਇਹਨਾਂ ਦੀ ਪੂਰੀ ਤਸੱਲੀ ਨਾ ਹੋ ਜਾਵੇ ਉਦੋਂ ਤੱਕ ਖੋਲ੍ਹਦੇ ਨਹੀਂ। ਫਿਰ ਸਾਡੀ ਪਾਰਟੀ ਨੇ ਆਪਣੇ ਆਪ ਨੂੰ ਡਿਸਗਾਈਜ਼ ਕਰਕੇ ਦੁੱਧ ਵਾਲੇ ਬਣ ਕੇ ਖਿਲਾਇਆ ਅਤੇ ਉਹ ਤੋਂ ਬਾਅਦ ਸਾਰੀ ਰੇਡ ਨੂੰ ਅੰਜਾਮ ਦਿੱਤਾ। ਸਾਡਾ ਨਸ਼ੇ ਵਪਾਰੀਆਂ ਨਾਲ, ਨਸ਼ੇ ਦੇ ਸੌਦਾਗਰਾਂ ਨਾਲ ਕੋਈ ਲਿੰਕ ਨਹੀਂ, ਅਸੀਂ ਤਾਂ ਕਾਰਵਾਈ ਕਰਨੀ ਹੈ ਤਾਂ ਕਿ ਯੂਥ ਨੂੰ ਇਸ ਉੱਤੋਂ ਬਚਾਇਆ ਜਾ ਸਕੇ। ਇਹ ਕਾਬੂ ਤਾਂ ਹੀ ਪਾਇਆ ਜਾ ਸਕਦਾ ਜੇ ਪਬਲਿਕ ਵੱਲੋਂ ਸਾਨੂੰ ਇਨਫੋਰਮੇਸ਼ਨ ਹੋਵੇ ਵੀ ਫਲਾਣੇ ਬੰਦੇ ਦਾ ਦਿਨੋਂ ਦਿਨ ਲਿਵਿੰਗ ਸਟੈਂਡਰਡ ਵੱਧਦਾ ਜਾ ਰਿਹਾ, ਕੰਮ ਕੋਈ ਨਹੀਂ ਹੈ, ਹਾਂ 5-7 ਨਸ਼ੇੜੀ ਜ਼ਰੂਰ ਖੜ੍ਹੇ ਰਹਿੰਦੇ ਨੇ ਨਾਲ ਦਾ, ਇੱਦਾਂ ਦੀ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ, ਅਸੀਂ ਉਹਨੂੰ ਡਿਵੈਲਪ ਕਰਕੇ ਤਾਂ ਹੀ ਅੱਗੇ ਵੱਧ ਸਕਦੇ। ਜਲੰਧਰ ਦੇ ਸ਼ਾਹਕੋਟ ਦੇ ਨੌਜਵਾਨ ਦੀ ਫਿਲੀਪੀਨ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੌਜਵਾਨ ਵਿਜੇ ਕੁਮਾਰ ਪਿਛਲੇ 11 ਸਾਲਾਂ ਤੋਂ ਫਿਲੀਪੀਨਸ ਦੇ ਸ਼ਹਿਰ ਬੀਓਬੋਨ ਵਿਖੇ ਫਾਈਨੈਂਸ ਦਾ ਕੰਮ ਕਰਦਾ ਸੀ। ਬੀਤੇ ਦਿਨੀ ਜਦ ਉਹ ਆਪਣੇ ਕੰਮ ਦੇ ਸੰਬੰਧ ਵਿੱਚ ਗ੍ਰਾਹਕ ਨੂੰ ਮਿਲਣ ਗਿਆ ਤਾਂ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੇ ਦੇ ਵੱਡੇ ਭਰਾ ਨੇ ਦੱਸਿਆ ਕਿ ਵਿਜੇ ਨੂੰ ਪਹਿਲਾਂ ਵੀ ਲੁਟੇਰਿਆਂ ਵੱਲੋਂ ਘੇਰ ਕੇ ਪੈਸਾ ਲੁੱਟਿਆ ਜਾ ਰਿਹਾ ਹੈ, ਲੇਕਿਨ ਉਸ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਛੱਡ ਦਿੱਤਾ ਜਾਂਦਾ ਸੀ। ਇਸ ਵਾਰ ਉਸ ਦੀ ਹੱਤਿਆ ਕਰ ਦਿੱਤੀ ਗਈ, ਜਿਸ ਦੀ ਜਾਣਕਾਰੀ ਉਹਨਾਂ ਨੂੰ ਫੋਨ ਰਾਹੀਂ ਮਿਲਦਿਆਂ ਹੀ ਘਰ 'ਚ ਮਾਤਮ ਦਾ ਮਾਹੌਲ ਛਾ ਗਿਆ। ਮੇਰਾ ਛੋਟਾ ਭਰਾ ਬਾਹਰ ਨਹੀਂ ਲੈ ਗਿਆ ਸੀ, 11 ਸਾਲ ਹੋ ਗਏ ਸੀ ਕੰਮ ਕਰਦਾ ਸੀ ਅਤੇ ਫਾਈਨਾਂਸ ਦਾ ਅੱਛਾ ਸੈਟਲ ਸੀਗਾ, ਵਧੀਆ ਕੋਈ ਪ੍ਰੋਬਲਮ ਨਹੀਂ ਸੀ। ਹਾਂਜੀ, ਮੈਰਿਜ 2 ਗੁੱਡੀਆਂ ਉਹਦੀ ਉੱਧਰ ਫਿਲਪੀਨੀ ਨਾਲ ਵਿਆਹ ਕਰਾਇਆ ਜੀ ਉਹਨੇ, ਪਰ ਬਹੁਤ ਅੱਛੀ ਫੈਮਿਲੀ ਸੈਟਲ ਸੀ, ਵਧੀਆ ਕੋਈ ਪ੍ਰੋਬਲਮ ਨਹੀਂ, ਕੰਮ ਕੁੰਮ ਵੀ ਅੱਛਾ ਸੀਗਾ। ਅੱਗੇ ਵੀ ਵਾਰਦਾਤ ਹੁੰਦੀ ਹੈ, ਕਹਿੰਦਾ ਕਈ ਵਾਰੀ ਜਿੱਦਾਂ ਸਾਨੂੰ ਲੁੱਟਕੋ ਵਾਲੇ ਪੈਂਦੇ ਆ, ਪਰ ਉਹਦੇ ਵਿੱਚ ਜਦੋਂ ਸਾਨੂੰ ਲੁੱਟਕੋ 'ਚ ਪੈਂਦੇ ਸੀਗੇ, ਅਸੀਂ ਸਾਨੂੰ ਉਹਨਾਂ ਹੋਲਡ ਅਪ ਕਰਨਾ, ਅਸੀਂ ਆਪਣੇ ਹੱਥ ਉੱਪਰ ਕਰਦੇ ਨੇ ਜੋ ਸਾਡੇ ਕੋਲ ਉਹਨਾਂ ਜਿਨ੍ਹਾਂ ਲੈ ਜਾਓ, ਅਤੇ ਉਹਨਾਂ ਲੈਣਾ, ਪਰ ਕਦੀ ਫਾਇਰਿੰਗ ਨਹੀਂ ਕੀਤੀ। ਪਰ ਕੱਲ੍ਹ ਉਹਨਾਂ 'ਤੇ ਜਿੱਦਾਂ ਮਤਲਬ ਕੱਲ੍ਹ ਉਹਨੂੰ ਕੋਈ ਮੋਬਾਈਲ ਨਹੀਂ ਮੰਗਿਆ, ਕੋਈ ਪੈਸੇ ਨਹੀਂ ਮੰਗੇ ਹੈਗੇ, ਕੱਲ੍ਹ ਆ ਕੇ ਸਿੱਧੀ ਉੱਤੇ ਫਾਇਰਿੰਗ ਕੀਤੀ ਹੈਗੀ ਆ, ਜਿਹਦਾ ਉਹਦੀ ਔਨ ਦੀ ਸਪੋਟ ਡੈਥ ਹੋਈ ਹੈਗੀ ਆ। ਮਤਲਬ ਅਸੀਂ ਇਸ ਪੰਜਾਬ ਸਰਕਾਰ ਤੋਂ ਇਹ ਮਤਲਬ ਮੰਗ ਕਰਦੇ ਹੈਗੇ ਕਿ ਜਿਹੜੀ ਸਾਡਾ ਬੱਚਾ ਜਿੱਦਾਂ ਸਾਡਾ ਭਰਾ ਸਾਡਾ ਤੋਂ ਵਿਛੜ ਗਿਆ ਹੈਗਾ, ਕਿਸੇ ਦਾ ਮਾਂ ਦਾ ਪੁੱਤ ਦੁਬਾਰਾ ਨਾ ਇੱਦਾਂ ਵਿਛੜੇ, ਕਿ ਪੰਜਾਬ ਸਰਕਾਰ ਨੂੰ ਇੱਥੇ ਕੋਈ ਠੱਲ ਉਪਰਾਲਾ ਕਰਨਾ ਚਾਹੀਦਾ ਹੈ ਕਿ ਜਿਹੜਾ ਸਾਡੇ ਨਾਲ ਜੋ ਵਾਰਦਾਤ ਹੋਈ ਕਿਸੇ ਹੋਰ ਨਾਲ ਨਾ ਹੋਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਬਠਿੰਡਾ ਦੇ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਦੇ ਲਈ ਗ੍ਰਾਂਟਾਂ ਵੀ ਜਾਰੀ ਕੀਤੀਆਂ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਵਿਦੇਸ਼ਾਂ 'ਚ ਡਾਲਰ ਇਕੱਠੇ ਕਰਨ ਲਈ ਜਾਂਦੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਚੋਣਾਂ ਦੇ ਨਾਂ 'ਤੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਹਨ। ਕਾਂਗਰਸ ਦੀ 20 ਟੀਮ ਖਾਣਾ ਖਾਣ ਦੇ ਨਾਂ 'ਤੇ 10-10 ਹਜ਼ਾਰ ਰੁਪਏ ਕਮਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਵਿਕਾਸ ਕਾਰਜਾਂ ਲਈ ਲੋਕਾਂ ਨਾਲ ਹਮੇਸ਼ਾ ਖੜੀ ਹੈ ਅਤੇ ਜੇਕਰ ਪੰਜਾਬ ਵਿੱਚ ਦਿੱਲੀ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਬਰਬਾਦ ਹੋ ਜਾਏਗਾ। ਇਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਦੇਸ਼ੀ ਜਾ ਰਹੇ ਇਕੱਲੇ ਡਾਲਰ ਇਕੱਠੇ ਕਰਨ ਵਾਸਤੇ, ਇਹਨਾਂ ਵਾਸਤੇ ਤਾਂ ਇਲੈਕਸ਼ਨ ਇੱਕ ਬਹਾਨਾ ਹੁੰਦਾ ਹੈ ਕਿ ਲੋਕਾਂ ਦੇ ਜੇਬਾਂ 'ਚੋਂ ਪੈਸੇ ਕੱਢੋ। ਕਾਂਗਰਸ ਦੀ 20 ਟੀਮ ਜਿਹੜੀ ਚਿੱਟੀ ਟੋਪੀ ਆ, ਉਹਨਾਂ ਨੇ ਤਾਂ ਨਵਾਂ ਕੰਮ ਸ਼ੁਰੂ ਕੀਤਾ ਕਿ ਲੋਕਾਂ ਨੂੰ ਰੋਟੀ ਖਿਲਾ ਕੇ ਪੈਸੇ ਧਰਾ ਰਹੇ ਨੇ 10-10 ਹਜ਼ਾਰ ਰੁਪਏ, ਅਤੇ ਇਹ ਵਿਦੇਸ਼ਾਂ ਦੇ ਗੇੜੇ 'ਚ ਰਹਿੰਦੇ ਨੇ, ਕਾਂਗਰਸ ਪਾਰਟੀ ਉਹ ਉੱਥੇ ਰਹਿੰਦੀ ਹੈ। ਇਹ ਇਕੱਲੇ ਡਾਲਰ ਇਕੱਠੇ ਕਰਨੇ, ਇਲੈਕਸ਼ਨ ਤਾਂ ਇਹਨਾਂ ਨੂੰ ਪਤਾ ਸੀ ਹਾਰਨਾ ਹੈ, ਜਿੰਨੇ ਪੈਸੇ ਇਸ ਇਲੈਕਸ਼ਨ ਦੇ ਨਾਂ 'ਚ ਇਕੱਠੇ ਹੋ ਜਾਣ ਉਹ ਕਰਨ ਵਾਸਤੇ ਜਾ ਰਹੇ ਨੇ। ਅਕਾਲੀ ਦਲ ਲੋਕਾਂ ਦੇ ਵਿੱਚ ਜਾ ਕੇ ਅੱਜ ਮੰਡੀਆਂ ਵਿੱਚ ਲੋਕਾਂ ਨੂੰ ਕੋਈ ਕਿਸਾਨਾਂ ਨੂੰ ਕੋਈ ਤਕਲੀਫ ਨਾ ਹੋਏ, ਸਿਹਤ ਸਹੂਲਤਾਂ ਦੇਣ ਵਾਸਤੇ ਪਿੰਡ ਪਿੰਡ ਜਾ ਕੇ ਗ੍ਰਾਂਟਾਂ ਦੇਣ ਵਾਸਤੇ, ਉਸੇ ਅਕਾਲੀ ਦਲ ਵਿਕਾਸ ਦੇ ਨਾਂ 'ਤੇ ਲੋਕਾਂ ਦੇ ਨਾਲ ਖੜੀ ਹੈ। ਇਹ ਵੱਡੇ ਲੀਡਰਾਂ ਦੀ ਹਕੀਕਤ ਤਾਂ ਹੁਣੀ ਸਾਹਮਣੇ ਆ ਗਈ ਕਿ ਇਹਨਾਂ ਨੂੰ ਅੱਜ ਜੇ ਡਾਲਰ ਦੇਖ ਰਹੇ, ਰੱਬ ਨਾ ਕਰੇ ਜੇ ਕੱਲ੍ਹ ਸਰਕਾਰ ਬਣ ਗਈ ਤਾਂ ਫਿਰ ਜਿਵੇਂ ਕਾਂਗਰਸ ਨੇ ਦਿੱਲੀ ਨੂੰ ਲੁੱਟਿਆ ਸੀਗਾ, ਇਹ ਆਮ ਆਦਮੀ ਪਾਰਟੀ ਅੱਜ ਇੰਨੇ ਵੱਡੇ ਵੱਡੇ ਇਸ਼ਤਿਹਾਰ ਲੋਕਾਂ ਦੇ ਪੈਸਿਆਂ ਨਾਲ ਕਰਕੇ ਆਪਣੀ ਮਸ਼ਹੂਰੀ ਕਰ ਰਹੀ ਹੈ। ਆਹੀ ਕੁਛ ਪੰਜਾਬ ਦੇ ਲੋਕਾਂ ਦੇ ਪੈਸਿਆਂ ਦੇ ਨਾਲ ਕਰਨਾ ਹੈ। ਜਿਹੜੀ ਅੱਜ ਸਹੂਲਤਾਂ ਮਿਲਦੀਆਂ ਨੇ, ਇਹ ਸਹੂਲਤਾਂ ਦੇ ਪੈਸੇ ਇਹਨਾਂ ਦੇ ਜੇਬਾਂ 'ਚ ਜਾਣੀਆਂ ਨੇ ਅਤੇ ਸਾਰੀ ਸਹੂਲਤਾਂ ਰੱਦ ਹੋ ਕੇ ਇਕੱਲੇ ਵੱਡੇ ਇਸ਼ਤਿਹਾਰ ਅਖਬਾਰ 'ਚ ਦੇਖਣ ਨੂੰ ਮਿਲਣਗੇ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਮੀਟਿੰਗ ਦੌਰਾਨ ਐਲਾਨ ਕੀਤਾ ਗਿਆ ਕਿ 17ਵਾਂ ਸਾਲਾਨਾ ਸਮਾਗਮ 21 ਮਈ ਨੂੰ ਕਰਵਾਇਆ ਜਾਵੇਗਾ। ਇਸ ਸਮੇਂ ਬ੍ਰੈਂਪਟਨ ਕੈਨੇਡਾ ਦੇ ਵਸਨੀਕ ਅਹਿਮ ਸ਼ਖਸੀਅਤ ਮੇਜਰ ਮਾਂਗਟ ਨੂੰ ਇਕਬਾਲ ਅਰਪਣ ਯਾਦਗਾਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਮੀਟਿੰਗ ਨੂੰ ਵੱਖ ਵੱਖ ਬੁਲਾਰਿਆਂ ਗੁਰਦੀਸ਼ ਕੌਰ ਗਰੇਵਾਲ, ਨਵਪ੍ਰੀਤ ਕੌਰ ਰੰਧਾਵਾ, ਹਰਨੇਕ ਬਦਨੀ, ਜਗਦੀਪ ਚੋਕਾ, ਰਜਿੰਦਰ ਕੌਰ ਚੋਕਾ, ਦਵਿੰਦਰ ਮਲਹਾਂਸ, ਬਲਜਿੰਦਰ ਸੰਘਾ, ਸੁਖਵਿੰਦਰ ਤੂਰ, ਜ਼ੋਰਾਵਰ ਸਿੰਘ ਬਾਂਸਲ,
ਸਤਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਤਰਲੋਚਨ ਸੈਂਬੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੇਖਕ ਮਹਿੰਦਰਪਾਲ ਸਿੰਘ ਪਾਲ ਨੂੰ ਗਜ਼ਲ ਸੰਗ੍ਰਹਿ ਖਾਮੋਸ਼ੀਆਂ ਦੇ ਲਈ ਡਾਕਟਰ ਦਰਸ਼ਨ ਗਿੱਲ ਪੁਰਸਕਾਰ ਦਿੱਤਾ ਜਾਵੇਗਾ। ਆਨੀ ਵਿਸਾਖੀਏ ਤੂੰ ਆਨੀ ਵਿਸਾਖੀਏ, ਸੁਨੇਹਾ ਦਸ਼ਮੇਸ਼ ਦਾ ਸੁਣਾਨੀ ਵਿਸਾਖੀਏ, ਪੰਜੇ ਨੇ ਪਿਆਰੇ ਵਿੱਚੋਂ ਵੱਖ ਵੱਖ ਜਾਤਾਂ ਦੇ, ਪੰਜੇ ਨੇ ਪਿਆਰੇ ਵਿੱਚੋਂ ਵੱਖ ਵੱਖ ਜਾਤਾਂ ਦੇ, ਗੋਬਿੰਦ ਚਲਾਏ ਦੇਖੋ ਰਾਜ ਪੰਚਾਇਤਾਂ ਦੇ, ਗੋਬਿੰਦ ਚਲਾਏ ਦੇਖੋ ਰਾਜ ਪੰਚਾਇਤਾਂ ਦੇ, ਜਾਤ ਪਾਤ ਭੇਦ ਨੂੰ ਮਿਟਾਨੀ ਵਿਸਾਖੀਏ, ਆਨੀ ਵਿਸਾਖੀਏ ਤੂੰ ਆਨੀ ਵਿਸਾਖੀਏ। ਕਵੀਆਂ ਕਿਸੇ ਕਾਰਾਂ ਦੀ ਜਦ ਮਹਿਫਲ ਜੁੜਦੀ ਹੈ, ਕਵੀਆਂ ਕਿਸੇ ਕਾਰਾਂ ਦੀ ਜਦ ਮਹਿਫਲ ਜੁੜਦੀ ਹੈ, ਉੱਥੇ ਤਾਂ ਗੱਲ ਸਿਰਫ ਜ਼ੁਲਫ ਦੀ ਤੁਰਦੀ ਹੈ। ਕੀ ਕੋਈ ਲਿਖੇਗਾ ਕਦੇ ਕਹਾਣੀ ਬੂਦਾਂ ਖੁੱਲੀਆਂ ਦੀ, ਜਾਂ ਕੋਈ ਗੱਲ ਕਰੇਗਾ ਇਹਨਾਂ ਸਰਾਪੀਆਂ ਕੁੱਲੀਆਂ ਦੀ, ਹਾਂ ਬਦਨੀ ਬਾਂਹ ਫੜੇਗਾ ਇਹਨਾਂ ਜੰਦਾਂ ਰੁੱਲੀਆਂ ਦੀ। ਥੈਂਕ ਯੂ। ਅਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਵੇਖਦੇ ਰਹੋ ਅਜੀਤ ਵੈੱਬ ਟੀਵੀ।